ਹਾਂਜੀ ਸਵਾਗਤ ਹੈ ਜੀ ਤੁਹਾਡੇ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਕਰ ਰਹੇ ਹਾਂ ਪੀਐਸਟੈਟ ਦੀ ਤਿਆਰੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹਨ ਪੰਜਾਬੀ ਦੇ ਫਸਟ ਹੈ ਜਿਨਨ ਇਸਮਾ ਦੁਆਰਾ ਕਿਸੇ ਪਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹ ਨਿਜ਼ਮਾ ਨੂੰ ਕੀ ਕਿਹਾ ਜਾਂਦਾ ਹੈ ਵਿਆਕਰਨ ਠੀਕ ਹੈ ਨਿਜ਼ਮਾ ਦੇ ਅਨੁਸਾਰ ਪਾਸ਼ਾ ਦਾ ਸਹੀ ਗਿਆਨ ਜਿਹੜਾ ਹੈ ਉਹ ਵਿਆਕਰਨ ਹੈ ਜਿਸ ਦੁਆਰਾ ਅੱਖਰਾਂ ਲਗਾ ਮਾਤਰਾ ਲਗਾ ਅੱਖਰਾਂ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਵਰਣ ਬੋਧ ਅੱਖਰਾਂ ਲਗਾ ਮਾਤਰਾ ਤੇ ਲਗਾ ਅੱਖਰਾਂ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਵਰਣ ਬੋਧ ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ ਸ਼ਬਦ ਬੋਧ ਸ਼ਬਦਾਂ ਦਾ ਪੂਰਾ ਗਿਆਨ ਸ਼ਬਦ ਬੋਧ ਜਿਸ ਦੁਆਰਾ ਵਾਕ ਰਚਨਾ ਤੇ ਉਹਨਾਂ ਦੀ ਬੰਤਰ ਦਾ ਗਿਆਨ ਹੁੰਦਾ ਹੈ ਤਸ ਨੂੰ ਕੀ ਕਹਿੰਦੇ ਹਨ ਵਾਕ ਬੋਧ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਬੋਲੀ ਠੀਕ ਹੈ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹ ਬੋਲੀ ਹੈ ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ बोलचाल दी बोली जेडी बोली साहित्य रचना ਕਰਨ ਦੇ ਸਮੇ ਵਧਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਲਿਖਤੀ ਬੋਲੀ ਠੀਕ ਹੈ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਤੇ ਲਿਖਤੀ ਬੋਲੀ ਆਪਣੇ ਗੱਲਬਾਤ ਦੌਰਾਨ ਜੋ ਆਵਾਜ਼ਾਂ ਅਸੀਂ ਆਪਣੇ ਮੂੰਹ ਰਾਹੀਂ ਕੱਢਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਹਨ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਾਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਿਰਾਰਥਕ ਸ਼ਬਦ ਬੋਲੀ ਨੂੰ ਲਿਖਣ ਸਮੇਂ ਜਿੰਨਾ-ਚਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਿਪੀ ਏਠ ਲਿਖੇ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ ਕਿਤਾਬ ਠੀਕ ਹੈ ਰੋਟੀ ਲਿਖਿਆ ਹੋਇਆ ਰੋਟੀ ਕੋਈ ਸ਼ਬਦ ਨਹੀਂ ਹੁੰਦਾ ਗੁੱਲਮ ਕੋਈ ਸ਼ਬਦ ਨਹੀਂ ਹੁੰਦਾ ਦਦ ਕੋਈ ਸ਼ਬਦ ਨਹੀਂ ਹੁੰਦਾ ਕਿਤਾਬ ਜਿਹੜਾ ਸਹੀ ਸ਼ਬਦ ਹੈ ਇਹਠ ਲਿਖਿਆ ਸ਼ਬਦਾਂ ਵਿੱਚੋਂ ਨਿਰਾਰਥਕ ਸ਼ਬਦ ਕਿਹੜਾ ਹੈ ਕਿਤਾਬ ਕਤੂਬ ਕਹਿ ਦਿੰਦੇ ਨਾ ਕਤੂਬ ਤ ਮਕਾਨ ਚਾਕੂ ਕਾਪੀ ਸਾਰੇ ਤਿੰਨੋਂ ਸਹੀ ਹਨ ਤੇ ਕਤੂਬ ਜਿਹੜਾ ਉਹ ਸ਼ਬਦ ਨਿਰਾਰਥਕ ਸ਼ਬਦ ਹੈ ਜਿਸਦਾ ਕੋਈ ਅਰਥ ਨਹੀਂ ਹੈਗਾ ਪੰਜਾਬੀ ਵਰਣਮਾਲਾ ਨੂੰ ਕੀ ਕਿਹਾ ਜਾਂਦਾ ਹੈ 35 ਅਖਰੀ ਫਾਰਸੀ ਬੋਲੀ ਦੇ ਪ੍ਰਭਾਵ ਕਾਰਨ ਕਿਹੜੇ ਅੱਖਰਾਂ 'ਤੇ ਬਿੰਦੀ ਲਾਈ ਜਾਂਦੀ ਹੈ ਤੋਹਨ ਖਖਾ ਗੱਗਾ ਜੱਜਾ ਫਫਾ ਸਸਾ ਇਹਨਾਂ ਵਿੱਚੋਂ ਤੱਤੇ ਨੂੰ ਥੱਥੇ ਨੂੰ ਤੱਦੇ ਇਹਨਾਂ ਵਿੱਚੋਂ ਕਿਸੇ ਨੂੰ ਵੀ ਜਿਹੜੀ ਬਿੰਦੀ ਨਹੀਂ ਲਗਾਈ ਜਾਂਦੀ ਫਫੇ ਨੂੰ ਛੱਡ ਕੇ ਤੇ ਇਸ ਵਿੱਚ ਪੱਪੇ ਨੂੰ ਬਿੰਦੀ ਨਹੀਂ ਲਗਾਈ ਜਾਂਦੀ ਮੰਮੇ ਨੂੰ ਨਹੀਂ ਲਗਾਈ ਜਾਂਦੀ ਹੈਨਾ ਗੱਗੇ ਨੂੰ ਦੱਦੇ ਨੂੰ ਨਹੀਂ ਲਗਾਈ ਜਾਂਦੀ ਤੱਦੇ ਨੂੰ ਨਹੀਂ ਲਗਾਈ ਜਾਂਦੀ तो इन देखो खेन में भी लगती है ग्गे भी लगती है जजेन भी लगती है फुफे भी लगती है तो सस्से में भी लगती है ठीक है एक लले में भी लगती है ठीक है फारसी के जेडे शब्द है वो छे है तू होने चाहिए यह भी प्रश्न आया हो कि फारसी के किन्ने अक्षर बिंदी लगती है तो वह छे हैं टोटल ठीक है जड़े अखर किसी होर अखर के मेल तो बिना ही बोले जाता है स्वर कहा जाता है ਜਿਹੜੇ ਅੱਖਰ ਦੂਜੇ ਅੱਖਰਾਂ ਲਗਾ ਮਾਤਰਾ ਨਾਲ ਮਿਲ ਕੇ ਆਪਣੀ ਆਵਾਜ਼ ਪੈਦਾ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਅੰਜਨ ਕਿਹਾ ਜਾਂਦਾ ਹੈ ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਨੁਨਾਸਿਕ ਜਿਹੜੇ ਚ ਇਹ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾ ਮਾਤਰਾ ਇਕੱਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਜਿਸ ਦਾ ਕੋਈ ਚਿੰਨ ਨਾ ਹੋਵੇ ਮੁਕਤਾ ਜਿਹੜੇ ਚਿੰਨ ਲਗਾ ਤੋਂ ਬਾਅਦ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾਖਰ ਲਗਾ ਤੋਂ ਬਾਅਦ ਵਰਤੇ ਜਾਣ ਵਾਲੇ ਸ਼ਬਦ ਜਿਹੜੇ ਚਿੰਨ ਲਗਾ ਤੋਂ ਬਾਅਦ ਵਰਤੇ ਜਾਂਦੇ ਹਨ ਉਹਨਾਂ ਨੂੰ ਲਗਾ ਕੇ ਕਹਿੰਦੇ ਹਨ ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ ਦੁੱਤ ਅੱਖਰ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ ਹਨ ਰਾਰਾ ਵਉਵਾ ਤੇ ਹਹਾ ਠੀਕ ਹੈ ਰਾਰਾ ਵੀ ਪੈਰ ਵਿੱਚ ਪੈਂਦਾ ਹੈ ਵਉਵਾ ਵੀ ਤੇ ਹਹਾ ਵੀ ਠੀਕ ਹੈ ਉਹ ਸ਼ਬਦ ਜੋ ਕਿਸੇ ਜੀਵ ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ ਨਾਮ ਸ਼ਬਦ ਜੋ ਕਿਸੇ ਜੀਵ ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ। ਜੋ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਪਰਨਾਵ। ਉਹ ਸ਼ਬਦ ਜੋ ਨਾਮ ਜਾਂ ਪਰਨਾਵ ਦੇ ਗੁਣ ਜਾਂ ਉਹ ਗੁਣ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ? ਵਿਸ਼ੇਸ਼ਣ। ਉਹ ਸ਼ਬਦ ਜੋ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ। ਉਹ ਸ਼ਬਦ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਉਹ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ-ਨਾਲ ਕੰਮ ਹੋਣ ਦਾ ਸਮਾਂ ਕਾਰਨ ਆਦਿ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦਾ ਇੱਕ ਦੂਜੇ ਨਾਲ ਜਾਂ ਹੋਰ ਨਾਲ ਸੰਬੰਧ ਜੋੜਨ ਉਸ ਨੂੰ ਕੀ ਕਿਹਾ ਜਾਂਦਾ ਹੈ ਸੰਬੰਧਕ ਉਹ ਸ਼ਬਦ ਜੋ ਵਾਕਾਂ ਦਾ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੋੜਕ ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹ ਸ਼ਬਦ ਜੋ ਦਿਲ ਦੀ ਖੁਸ਼ੀ ਗਮੀ ਹੈਰਾਨੀ ਆदि ਭਾਵ ਪ੍ਰਗਟ ਕਰਨ ਲਈ ਆਪ ਮੁਹਾਰੇ ਹੀ ਮੂੰਹੋਂ ਨਿਕਲਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਸਮਿਕ ਜਿਹੜੇ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤੇ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਭਾਵਵਾਚਕ ਨਾਮ ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਖਾਸ ਨਾਮ ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਆਵਾਜ਼ਾਂ ਦੇ ਇਕੱਠ ਲਈ ਵਰਤੇ ਜਾਂਦੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਕੱਠਵਾਚਕ ਨਾਮ ਜਿਹੜੇ ਸ਼ਬਦ ਭੋਲੀਆਂ ਜਾਂ ਤੋਲ ਭੋਲੀਆਂ ਜਾਂ ਤੋਲੀਆਂ ਜਾਂ ਵਾਲੀਆਂ ਜਾਂ ਮਿਨੀਆਂ ਜਾਂ ਵਾਲੀਆਂ ਚੀਜ਼ਾਂ ਲਈ ਵਰਤੇ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਸਤੂਵਾਚਕ ਨਾਮ ਤੋਲੀਆਂ ਮਿਨੀਆਂ ਜਾਂ ਵਾਲੀਆਂ ਵਸਤੂਆਂ ਨੂੰ ਜਿਹੜੇ ਸ਼ਬਦ ਮਹਿਸੂਸ ਕਰਨ ਵਾਲੀਆਂ ਚੀਜ਼ਾਂ ਲਈ ਵਰਤੇ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਭਾਵਵਾਚਕ ਨਾਉ ਜਿਵੇਂ ਖੁਸ਼ੀ ਗਮੀ ਮਿਠਾਸ ਜਿਸ ਤੋਂ ਕਿਸੇ ਜੀਵ ਵਸਤੂ ਦੇ ਨਾਰ ਜਾਂ ਮਾਦਾ ਹੋਣ ਦਾ ਪਤਾ ਲੱਗਦਾ ਹੈ ਉਸਨੂੰ ਕੀ ਕਹਿੰਦੇ ਹਨ ਲਿੰਗ ਜੋ ਸ਼ਬਦ ਨਾਰ ਲਈ ਵਰਤੇ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੁਲਿੰਗ ਜੋ ਸ਼ਬਦ ਮਾਦਾ ਲਈ ਵਰਤੇ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਸਤਰੀ ਲਿੰਗ ਜਿਸ ਸ਼ਬਦ ਤੋਂ ਕਿਸੇ ਜੀਵ ਜਾਂ ਚੀਜ਼ ਦੇ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਵਚਨ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਚੀਜ਼ ਦੇ ਇੱਕ ਹੋਣ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇੱਕ ਵਚਨ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਚੀਜ਼ ਦੇ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਬਹੁਵਚਨ ਜਿਹੜੇ ਪੜਨਾਵ ਕੇਵਲ ਪੁਰਖਾਂ ਲਈ ਹੀ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੁਰਖਵਾਚਕ ਪੜਨਾਵ ਜਿਹੜੇ ਪੜਨਾਵਾਂ ਦੀ ਵਰਤੋਂ ਕਰਤਾ ਦੀ ਥਾਂ ਤੇ ਕੀਤੀ ਜਾਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਿਜਵਾਚਕ ਪੜਨਾਵ ਜਿਹੜੇ ਸ਼ਬਦ ਪੜਨਾਵ ਵੀ ਹੋਣ ਅਤੇ ਜੋਜਕਾਂ ਵਾਂਗ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੰਬੰਧਵਾਚਕ ਪੜਨਾਵ ਜਿਹੜੇ ਸ਼ਬਦ ਪਰਨਾਵ ਵੀ ਹੋਣ ਤੇ ਪ੍ਰਸ਼ਨ ਪ੍ਰਸ਼ਨ ਵੀ ਪੈਦਾ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪ੍ਰਸ਼ਨਵਾਚਕ ਪਰਨਾਵ ਜਿਹੜੇ ਪਰਨਾਵ ਸਾਹਮਣੇ ਦਿਸ ਰਹੀ ਦਿਸ ਰਹੀਆਂ ਚੀਜ਼ਾਂ ਲਈ ਇਸ਼ਾਰੇ ਦੇ ਤੌਰ ਤੇ ਵਰਤੇ ਜਾਣ ਉਸ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਿਸ਼ਚੇਵਾਚਕ ਪਰਨਾਵ ਜਿਨ੍ਹਾਂ ਪਰਨਾਵਾਂ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਜਿਆ ਨਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਨਿਸ਼ਚੇ ਵਚਕ ਪੜਨਾਮ ਜਿਹੜੇ ਸ਼ਬਦ ਪੜਨਾਮ ਨਾਉ ਪੜਨਾਵ ਦੇ ਗੁਣ ਅਗੋਣ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਗੁਣਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਵਸਤੂਆਂ ਦੀ ਗਿਣਤੀ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਦੀ ਵਿਸ਼ੇਸ਼ਣ ਕਿਸੇ ਚੀਜ਼ ਦੀ ਗਿਣਤੀ ਤੋਲ ਜਾਂ ਮਾਪਾਦੀ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪਰਮਾਨਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਇਸ਼ਾਰਾ ਕਰਕੇ ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਦੀ ਵਿਸ਼ੇਸ਼ਤਾ ਪ੍ਰਗਟਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਨਾਮ ਦੇ ਨਾਲ ਮਿਲ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪਰਨਾਵਾਂ ਨੂੰ ਕੀ ਕਿਹਾ ਜਾਂਦਾ ਹੈ ਪਰਨਾਵੀ ਵਿਸ਼ੇਸ਼ਣ ਜੋ ਵਾਕ ਵਿੱਚ ਕਿਰਿਆ ਦੇ ਨਾਲ ਕਰਤਾ ਅਤੇ ਕਰਮ ਦੋਵੇਂ ਹੋਣ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਾਮ ਦੇ ਨਾਲ ਮਿਲ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵਾਂ ਨੂੰ ਕੀ ਕਿਹਾ ਜਾਂਦਾ ਹੈ ਪੜਨਾਵੀ ਵਿਸ਼ੇਸ਼ਣ ਜਦੋਂ ਵਾਕ ਵਿੱਚ ਕਿਰਿਆ ਦੇ ਨਾਲ ਕਰਤਾ ਅਤੇ ਕਰਮ ਦੋਵੇਂ ਹੋਣ ਤਾਂ ਉਹ ਕੀ ਹੁੰਦੀ ਹੈ ਤਾਂ ਹੁੰਦੀ ਹੈ ਸਕਰਮਕ ਕਿਰਿਆ ਪੰਜਾਬੀ ਵਿੱਚ ਵਾਕ ਦੇ ਖਤਮ ਹੋਣ ਤੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਦੀ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰਸ਼ਨ ਚਿੰਨ੍ਹ ਦੀ ਹੈਰਾਨੀ ਖੁਸ਼ੀ ਸਤਿਕਾਰ ਆਦਿ ਨੂੰ ਪ੍ਰਗਟ ਕਰਨ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਮਿਕ ਚਿੰਨ੍ਹ ਦੀ ਵਾਕ ਨੂੰ ਪੜਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ ਅਜਿਹੇ ਥਾਂ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਕਾਮਾ ਦੀ ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਿਆ ਜਾਵੇ ਤਾਂ ਉੱਥੇ ਕਿਸ ਚੀਜ਼ ਦੀ ਵਰਤੋਂ ਹੁੰਦੀ ਹੈ ਦੋ ਬਿੰਦੀ ਦੀ ਉਦਾਹਰਣ ਦੇਣ ਦੇ ਸਮੇਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਡੈਸ਼ ਦੀ ਅੰਕਾਂ ਨੂੰ ਕਿਸ ਚਿੰਨ੍ਹ ਵਿੱਚ ਲਿਖਿਆ ਜਾਂਦਾ ਹੈ ਬ੍ਰੈਕਟ ਵਿੱਚ ਕਿਸੇ ਦੇ ਕਹੇ ਸ਼ਬਦਾਂ ਨੂੰ ਜਦੋਂ ਉਸ ਤਰ੍ਹਾਂ ਹੀ ਲਿਖਣਾ ਹੋਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਪੁੱਠੇ ਕੌਮੇ ਦੀ। ਸ਼ਬਦਾਂ ਦੇ ਸੰਖੇਪ ਰੂਪ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਬਿੰਦੀ ਦੀ। ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ? 3 ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 2 ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 2 ਪੰਜਾਬੀ ਵਰਣਮਾਲਾ ਦੇ ਕਿੰਨੇ ਅੱਖਰ ਹਨ? 35 ਗੁਰਮੁਖੀ ਦੇ ਠੀਕ ਹੈ 35 ਹਨ ਤੇ 6 ਅੱਖਰ ਜਿਹੜੇ ਹਨ ਫਾਰਸੀ ਦੇ ਜੋੜ ਕੇ 41 ਠੀਕ ਹੈ ਇਹਨਾਂ ਦਾ ਧਿਆਨ ਰੱਖਣਾ ਕੁਐਸਚਨ ਪੜ੍ਹ ਕੇ ਫਿਰ ਤੁਸੀਂ ਅੱਖਰ ਲਗਾਣਾ ਜੇ ਪੰਜਾਬੀ ਵਰਣਮਾਲਾ ਦੇ ਕਿੰਨੇ ਅੱਖਰ ਪੁੱਛਣ ਤਾਂ 35 ਅਗਰ ਪੁੱਛਣ ਕਿ ਫਾਰਸੀ ਦੇ 6 ਅੱਖਰਾਂ ਨੂੰ ਜੋੜ ਕੇ ਪੰਜਾਬੀ ਦੇ ਕਿੰਨੇ ਕਿ ਵਰਣਮਾਲਾ ਦੇ ਅੱਖਰ ਕਿੰਨੇ ਹਨ ਤਾਂ ਫਿਰ 41 ਗੁਰਮੁਖੀ ਦੇ ਅੱਖਰਾਂ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਚਾਰ ਊੜਾ ਅਡਾ ਆਈੜੀ ਨੂੰ ਛੱਡ ਕੇ ਬਾਕੀ 32 ਅੱਖਰ ਕੀ ਹਨ ਵਿਅੰਜਨ ਪੰਜਾਬੀ ਵਿੱਚ ਕਿੰਨੇ ਲਗਾਖਰ ਹਨ 3 ਸ਼ਬਦ ਦੇ ਕਿੰਨੇ ਭੇਦ ਹਨ 8 ਪੰਜਾਬੀ ਵਿੱਚ કંਠੀ ਤੁਨੀਆਂ ਕਿਹੜੀਆਂ ਹਨ ਕਕਾ ਖਖਾ ਗਗਾ ਘਗਾ ਠੀਕ ਹੈ ਜੋ કંਠ ਵਿੱਚੋਂ ਨਿਕਲਦੀਆਂ ਹਨ ਦੀ ਆਵਾਜ਼ ਪੰਜਾਬੀ ਦੀਆਂ ਤਾਲਵੀ ਤੁਨੀਆਂ ਕਿਹੜੀਆਂ ਹਨ ਚਚਾ ਛਛਾ ਜਜਾ ਝਜਾ ਪੰਜਾਬੀ ਦੀਆਂ ਮੂਰਥੁਨੀ ਤੁਨੀਆਂ ਕਿਹੜੀਆਂ ਹਨ ਟੈਂਕਾ ਠੱਠਾ ਤੇ ਡੱਡਾ ਪੰਜਾਬੀ ਦੀਆਂ ਦੰਤੀ ਧੁਨੀਆਂ ਕਿਹੜੀਆਂ ਹਨ ਤੱਤਾ ਠੱਠਾ ਦੱਦਾ ਤੱਦਾ ਪੰਜਾਬੀ ਦੀਆਂ ਹੋਠੀ ਧੁਨੀਆਂ ਕਿਹੜੀਆਂ ਹਨ ਪੱਪਾ ਫੱਫਾ ਬੱਬਾ ਪੱਬਾ ਪੰਜਾਬੀ ਦੀਆਂ ਅਨੁਨਾਸਕੀ ਧੁਨੀਆਂ ਕਿਹੜੀਆਂ ਹਨ ਛੱਜਾਂ ਗੀਆਂ ਨੰਨਾ ਨਾਣਾ ਮੰਮਾ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਪੰਜਾਬੀ ਭਾਸ਼ਾ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਕਿਹੜੀ ਹੈ ਮਾਝੀ ਪੰਜਾਬੀ ਦੀ ਉਪ ਬੋਲੀ ਮਾਜੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਗੁਰਦਾਸਪੁਰ ਅੰਮ੍ਰਿਤਸਰ ਲਾਹੌਰ ਪੰਜਾਬੀ ਦੀ ਉਪ ਬੋਲੀ ਮਲਵਈ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਲੁਧਿਆਣਾ ਬਠਿੰਡਾ ਤੇ ਸੰਗਰੂਰ ਪੰਜਾਬੀ ਦੀ ਉਪ ਬੋਲੀ ਪੁਆਦੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਪਟਿਆਲਾ ਰੋਪੜ ਮਲੇਰਕੋਟਲਾ ਤੂਰੀ ਪੰਜਾਬੀ ਦੀ ਉਪ ਬੋਲੀ ਦੁਆਬੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਪੰਜਾਬੀ ਦੀਆਂ ਚਾਰ ਉਪਭਾਸ਼ਾਵਾਂ ਦੇ ਨਾਂ ਦੱਸੋ ਮਾਝੀ ਮਲਵਈ ਦੁਆਬੀ ਤੇ ਪੁਆਦੀ ਹੇਠ ਦਿੱਤੇ ਸ਼ਬਦਾਂ ਵਿੱਚੋਂ ਨਾਮ ਚੁਣੋ ਚੋਰ ਠੀਕ ਹੈ ਕਾਲੇ ਚਾ ਕੁਝ ਚਾਰ ਚੋਰ ਕਿਸੇ ਦਾ ਨਾਮ ਜੋ ਹੈ ਹੇਠ ਦਿੱਤੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਚੁਣੋ ਤਾਂ ਕਾਲੇ ਹੈ ਵਿਸ਼ੇਸ਼ਣ ਹੇਠ ਲਿਖੇ ਸ਼ਬਦਾਂ ਵਿੱਚ ਸੰਬੰਧਕ ਚੁਣੋ ਹਤੇ ਜੋ ਵਿਕਰਨ ਦੋ ਵਾਕਾਂ ਨੂੰ ਜੋੜਦੇ ਹਨ ਹੇਠ ਲਿਖੇ ਸ਼ਬਦਾਂ ਵਿੱਚੋਂ ਜੋਜਕ ਦੱਸੋ ਕੀ ਕਿਸੇ ਭਾਸ਼ਾ ਨੂੰ ਪੜਨ ਲਿਖਨ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਕੀ ਅਖਿਆ ਜਾਂਦਾ ਹੈ ਵਿਆਕਰਨ ਵਾਕ ਵਿੱਚ ਜਿਸ ਸੰਬੰਧੀ ਗੱਲ ਕੀਤੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਦੇਸ਼ ਵਾਕ ਵਿੱਚਲੇ ਉਦੇਸ਼ ਨੂੰ ਛੱਡ ਕੇ ਬਾਕੀ ਹਿੱਸਾ ਕੀ ਅਖਵਾਂਦਾ ਹੈ ਵਿਦੇ ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਰਤਾ ਕਿਸੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਰਮ ਜਿ ਸ਼ਬਦ ਤੋਂ ਹੋਰ ਸ਼ਬਦ ਬੰਦੇ ਹਨ ਉਹ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਤੂ ਮੂਲ ਰੂਪ ਜਾਂ ਤਾਤੂ ਨਾਲ ਜੁੜ ਕੇ ਸ਼ਬਦ ਸਿਰਜਣ ਵਾਲੇ ਤੱਤ ਨੂੰ ਕੀ ਕਿਹਾ ਜਾਂਦਾ ਹੈ ਵਿਦੇਤਰ ਪੰਜਾਬੀ ਭਾਸ਼ਾ ਵਿੱਚ ਕਿੰਨੇ ਪ੍ਰਕਾਰ ਦੇ ਵਿਦੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਿੰਨ ਰੂਪ ਅਗੇਤਰ ਮਦੇਤਰ ਤੇ ਪਿਛੇਤਰ ਧੁਨੀ ਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ ਉਚਾਰਨੀ ਸੰਚਾਰੀ ਅਤੇ ਸਵਰਨੀ ਧੁਨੀ ਵਿਗਿਆਨ ਧੁਨੀ ਵਿਉਂਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਖੰਡੀ ਅਤੇ ਅਖੰਡੀ ਧੁਨੀ ਵਿਉਂਤ ਠੀਕ ਹੈ ਦੋ ਭਾਗਾਂ ਵਿੱਚ ਖੰਡੇ ਧੁਨੀ ਵਿਉਂਤ ਵਿੱਚ ਕੀ ਆਉਂਦਾ ਹੈ ਹੈ ਸਵਰ ਵਿਅੰਜਨ ਤੇ ਅਰਧ ਸਵਰ ਅਖੰਡੀ ਧੁਨੀਆਂ ਵਿਅੰਤ ਵਿੱਚ ਕੀ ਆਉਂਦਾ ਹੈ ਹਾਂਜੀ ਤੋਂ ਆਉਂਦਾ ਹੈ ਪਿਚ ਸੁਰ ਬਾਗ ਦਬਾਅ ਤੇ ਨਾਸਿਕਤਾ ਜਿਨ੍ਹਾਂ ਤੁਰਿਆਂ ਦਾ ਉਚਾਰਨ ਸਮੇ ਫੇਫੜਿਆਂ ਚੋਂ ਹਵਾ ਦਾ ਰੋਕ ਕੇ ਹਵਾ ਨੂੰ ਰੋਕ ਕੇ ਛੱਡਿਆ ਜਾਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਵਿਅੰਜਨ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇ ਸਾਹ ਕੱਟਣ ਸਮੇ ਕੋਈ ਰੋਕ ਨਾ ਪਵੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਵਰ ਵੰਜਨ ਪ ਅ ਦਾ ਉਚਾਰਨ ਸਥਾਨ ਕਿਹੜਾ ਹੈ ਦੋ ਹੁੱਠੇ ਵੰਜਨ ਨਾ ਦਾ ਉਚਾਰਨ ਸਥਾਨ ਕਿਹੜਾ ਹੈ ਕਠੋਰ ਤਾਲਵੀ ਵੰਜਨ ਠਾ ਦਾ ਉਚਾਰਨ ਸਥਾਨ ਕਿਹੜਾ ਹੈ ਮੂਰਧਨੀ ਮੂਰਧਤਨੀ ਪੰਜਾਬੀ ਭਾਸ਼ਾ ਦੇ ਆ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਿੰਨ ਪੰਜਾਬੀ ਸਵਰ ਧੁਨੀਆਂ ਕਿੰਨੀਆਂ ਹਨ 10 ਪੰਜਾਬੀ ਵਿੱਚ ਕਿੰਨੀਆਂ ਸਵਰ ਸੁਰਾਂ ਹਨ ਤਾਂ ਪੰਜਾਬੀ ਵਿੱਚ ਸੁਰਾਂ ਹਨ चा आ, तीन ठीक है हाँ तो ऐसे व्याकरण के बहुत ही महत्वपूर्ण प्रश्न वीडियो चंगी लगी तो सुन लाइक सब्सक्राइब तो शेयर जरूर करना कमेंट करना धन्यवाद